ਖੜ ਜਾ ਤੋ ਉੱਥੇ ਮੇਰੇ ਕੋਈ ਕਾਰਨ ਨੇ ਖੜਨੀ ਤੋ ਤੁਹਾਡੇ ਕੋ ਨਿੰਮਾ ਜੀ ਕਿਹੜੇ ਪਕੌੜੇ ਚੱਲਦੇ ਆ ਯਾਰ ਦੁਕਾਨ ਤੇ ਲਿਖਾ ਕੇ ਆਉਂਦਾ ਕੁਛ ਮੇਰੀ ਵਾਲੇ ਸਾਰੇ ਹੀ ਤਰ ਗਏ ਮੇਰੀ ਵਾਲਾ ਕੋਈ ਨਾ ਰਿਹਾ ਮੇਰੀ ਵਾਲਾ ਕੋਈ ਨਾ ਰਿਹਾ ਮੇਰੀ ਨਾ ਕਰੀ ਹੋਏ ਮਨਾ ਮੇਰਿਆ ਗੁਰੂ ਰੂਪ ਗੁਰੂ ਪਿਆਰੇ ਸਾਹਿਬ ਸੰਗਤ ਜੀ ਜਿੱਥੇ ਵੀ ਪ੍ਰਬੰਧਕ ਵੀਰ ਤੁਹਾਨੂੰ ਬੈਠਣ ਦੀ ਬੇਨਤੀ ਕਰਦੇ ਨੇ ਉੱਥੇ ਬੈਠਣ ਦੀ ਕਿਰਪਾਲਤਾ ਕਰੋ ਲਗਭਗ 35 ਮਿੰਟ ਦਾ ਆਪਾਂ ਇੱਥੇ ਰੁਕਾਂਗੇ ਔਰ ਉਸ ਤੋਂ ਬਾਅਦ ਜਿਹੜਾ ਆਖਰੀ ਪੜਾਅ ਹੈ ਉਹ ਦਰਵਾਜ਼ੇ ਹੋਵੇਗਾ ਸਾਰੀਆਂ ਸੰਗਤਾਂ ਚੁੱਪ ਦਾ ਗੱਲ ਵਾਸਤੇ ਅਤੇ ਬਹੁਤ ਹੀ ਵਧੀਆ ਸਾਡੀ ਜਗ੍ਹਾ ਤੁਹਾਡੀ ਜਗ੍ਹਾ ਜਾ ਸਕਦੇ ਸਾਈ ਮਨਜੀਤ ਸਿੰਘ ਜੀ ਖਾਲਸਾ ਟੁਕੜਾ ਗਏ ਉਹਨਾਂ ਦੇ ਨਾਲ ਉਸਤਾਦ ਫਰਜ਼ੀ ਵਾਲੇ ਪ੍ਰਕਾਸ਼ ਪੁਰਬ ਜਿਹੜਾ ਮਨਾ ਰਹੇ ਹਾਂ ਤੇ ਆਪਾਂ ਸਾਰੇ ਦਾ ਫਰਜ਼ ਬਣਦਾ ਕਿ ਜੇ ਕੋਈ ਸਾਨੂੰ ਕੋਈ ਚੰਗੀ ਗੱਲ ਸਾਨੂੰ ਸੁਣਾਉਣ ਹੋਣਾ ਵੀ ਆਪਾਂ ਨੂੰ ਸੁਣਨੀ ਚਾਹੀਦੀ ਹੈ ਕਿਉਂਕਿ ਬਹੁਤ ਜਨਮ ਦਿੱਤੇ ਕਿ ਮਾਧੂ ਇਹ ਜਨਮ ਤੁਹਾਡੇ ਲਿਖੇ ਉਸੇ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਟਾਕੇ ਵਾਲਿਆਂ ਪੀਰਾਂ ਨੂੰ ਬੇਨਤੀ ਕਰਦਾ ਜਿੰਨਾ ਚਿਰ ਸਾਡਾ ਸਮਾਂ
ਪਸੰਦ ਕਰ ਲੈ ਯਾਰ ਕਿ ਬਜਾਣ ਤੋਂ ਸੰਕੋਚ ਕੀਤਾ ਜਾਵੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਇਹ ਆਲੀ ਰੇ ਤੁਸਲੀ ਤਿਆਰੀ ਆ ਰਹਾ ਹੈ ਮਹਾਕਾਲ ਜੀ ਤੁਹਾਡਾ ਧੰਨਵਾਦ ਹੈ ਮਾਨਸ ਜਨਾ ਮਜਾਉਂਦੇ ਆ ਧਵਾਰਿਆ ਵੇ ਕਰ ਮੇਰਾ ਵੇ ਕਰ ਨਹਾਰਿਆ ਤੇਰੀ ਮੇਰ ਬਿਨਾ ਤੇਰਾ ਨਾਮ ਆਉਂਦਾ ਨਹੀਂ ਪਾਪਾ ਤੇ ਬਕਾਰਾ ਵੱਲ ਮਨ ਪਾਉਂਦਾ ਨਹੀਂ ਆਵਦਾ ਮਨ ਕੱਟਦਾ ਜਾ ਮਰ ਯਾਰਿਆ ਪਾਰ ਕਨਾਰੇ ਮੇਰੀ ਲਾਦੂ ਪਾਰ ਕਨਾਰੇ ਮੇਰੀ
ਸਮਝਾ ਕੇ ਤੇ ਪਾਣੀ ਦੇ ਅਰਥ ਦੱਸ ਸਮਝਾ ਕੇ ਤੇ